ਪਿੰਡ ਪਾਂਸਟਾ ਵਿਖੇ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਇਕਾਈ ਫਗਵਾੜਾ ਵੱਲੋਂ ਸਾਰੀਆਂ ਮੈਡੀਕਲ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਲਿਖਤੀ ਪੱਤਰ ਦਿੰਦਿਆਂ ਅਪੀਲ ਕੀਤੀ ਕਿ ਬਿਨਾਂ ਡਾਕਟਰ ਦੀ ਪਰਚੀ ਤੋਂ ਕਿਸੇ ਨੂੰ ਵੀ ਇੰਜੈਕਸ਼ਨ, ਸਰਿੰਜ, ਨਸ਼ੀਲੀਆਂ ਦਵਾਈਆਂ ਜਾਂ ਟੀਕਾ ਨਾ ਦਿੱਤਾ ਜਾਵੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਇਆ ਜਾ ਸਕੇ। ਇਸ ਮੌਕੇ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਇਕਾਈ ਫਗਵਾੜਾ ਦੇ ਪ੍ਰਧਾਨ ਕਿਰਪਾਲ ਸਿੰਘ ਮਾਇਆਪੱਟੀ, ਚੇਅਰਮੈਨ ਡਾਕਟਰ ਰਮਨ ਸ਼ਰਮਾ ਅਤੇ ਸਰਪ੍ਰਸਤ ਪਵਿੱਤਰ ਸਿੰਘ ਨੇ ਕਲਮਾ ਦੇ ਧਨੀ ਸਮੁੱਚੇ ਪੱਤਰਕਾਰ ਭਾਈਚਾਰੇ ਦੇ ਨਾਲ ਆਮ ਜਨਤਾ ਨੂੰ ਵੀ ਵਿਸ਼ੇਸ਼ ਤੌਰ 'ਤੇ ਅਪੀਲ ਕੀਤੀ ਹੈ ਕਿ ਉਹ ਚਿੱਟੇ ਅਤੇ ਨਸ਼ਿਆਂ ਬਾਰੇ ਜਾਗਰੂਕਤਾ ਲਿਆਉਣ ਲਈ ਸੁਚੇਤ ਹੋ ਕੇ ਬਣਦਾ ਯੋਗਦਾਨ ਦੇਣ। ਇਸ ਮੌਕੇ ਪਿੰਡ ਪਾਂਸਟਾ ਦੀਆਂ ਮੈਡੀਕਲ ਦੀਆਂ ਦੁਕਾਨਾਂ ਦੇ ਮਾਲਕਾਂ ਨੇ ਜਿੱਥੇ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਇਕਾਈ ਫਗਵਾੜਾ ਵੱਲੋਂ ਕੀਤੇ ਗਏ ਉਪਰਾਲੇ ਦੀ ਪੁਰਜੋਰ ਸ਼ਲਾਘਾ ਕੀਤੀ, ਉੱਥੇ ਉਹਨਾਂ ਹਜ਼ਾਰਾਂ ਸਮੂਹ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਕਿਸੇ ਨੂੰ ਵੀ ਇੰਜੈਕਸ਼ਨ, ਸਰਿੰਜ ਜਾਂ ਨਸ਼ੀਲੀਆਂ ਦਵਾਈਆਂ ਜਾਂ ਟੀਕੇ ਨਹੀਂ ਦੇਣਗੇ ਅਤੇ ਪਿੰਡਾਂ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਜਰਨਲਿਸਟ ਪ੍ਰੈਸ ਕਲੱਬ ਫਗਵਾੜਾ ਦੇ ਸੰਪੂਰਨ ਸਹਿਯੋਗ ਕਰਨਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਅਨਿਲ ਭੱਲਾ, ਮੀਤ ਪ੍ਰਧਾਨ ਬੀ ਕੇ ਦੱਤੂ, ਮੀਤ ਪ੍ਰਧਾਨ ਮਨਜੀਤ ਰਾਮ, ਜਨਰਲ ਸਕੱਤਰ ਯਤਨ ਸ਼ਰਮਾ, ਪ੍ਰੈਸ ਸਕੱਤਰ ਪਰਮਿੰਦਰ ਸਿੰਘ, ਸਕੱਤਰ ਕੁਨਾਲ ਸ਼ਰਮਾ, ਖਜਾਨਚੀ ਅਜੇ ਕੋਚੜ, ਸੰਯੁਕਤ ਸਕੱਤਰ ਵਿਜੇਪਾਲ ਤੀਜੀ, ਸੰਯੁਕਤ ਸਕੱਤਰ ਅਸ਼ੋਕ ਲਾਲ, ਸਲਾਹਕਾਰ ਜਸਵਿੰਦਰ ਸਿੰਘ, ਸਲਾਹਕਾਰ ਸਤਵੰਤ ਸਿੰਘ, ਪੱਤਰਕਾਰ ਗੁਰਪਾਲ ਸਿੰਘ ਪਰਿਹਾਰ, ਪੱਤਰਕਾਰ ਕਮਲ ਰਾਏ, ਪੱਤਰਕਾਰ ਮੋਹਿਤ ਸ਼ਰਮਾ, ਪੱਤਰਕਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਕੈਮੀਕਲ ਨਸ਼ੇ ਅਤੇ ਚਿੱਟੇ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਮਰੋ ਜਾਂ ਵਿਰੋਧ ਕਰੋ ਦੀ ਨੀਤੀ ਦਾ ਪੁਰਜੋਰ ਸਮਰਥਨ ਕਰਦੇ ਹੋਏ ਨਸ਼ਿਆਂ ਦੇ ਵਪਾਰੀਆਂ ਦੇ ਵਿਰੁੱਧ ਸਖ਼ਤ ਸੰਘਰਸ਼ ਕਰਦਿਆਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕੀਤਾ ਜਾਵੇਗਾ। ਉਹਨਾਂ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੰਦਿਆਂ ਦੇਸ਼ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਨਰਕ ਤੋਂ ਬਚਾਉਣਾ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਪੰਜਾਬ ਵਿੱਚ ਨਸ਼ਿਆਂ ਦੇ ਵੱਧਦਾ ਰੁਝਾਨ ਅਤੇ ਹੋ ਰਹੀਆਂ ਮੌਤਾਂ ਨੂੰ ਦੇਖਦੇ ਹੋਏ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਇਕਾਈ ਫਗਵਾੜਾ ਵੱਲੋਂ ਆਪਣੇ ਇਲਾਕੇ ਦੇ ਵਿੱਚ, ਖਾਸ ਕਰਕੇ ਪਿੰਡ ਪਾਂਸਟਾ ਦੇ ਵਿੱਚ ਸਮੂਹ ਪੱਤਰਕਾਰ ਸਾਥੀਆਂ ਵੱਲੋਂ ਇੱਕ ਅਪੀਲ ਪੱਤਰ ਸਾਰੇ ਕੈਮਿਸਟ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਦਿੱਤਾ ਗਿਆ ਔਰ ਉਹਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਵੀ ਤੁਸੀਂ ਕਿਸੇ ਵੀ ਨੌਜਵਾਨ, ਕਿਸੇ ਵੀ ਵਿਅਕਤੀ ਨੂੰ ਬਿਨਾਂ ਡਾਕਟਰ ਦੀ ਪਰਮਿਸ਼ਨ ਤੋਂ, ਪਰਚੀ ਤੋਂ ਕੋਈ ਸਰਿੰਜ, ਕੋਈ ਨਸ਼ੀਲਾ ਟੀਕਾ, ਕੋਈ ਦਵਾਈ ਨਹੀਂ ਦੇਣੀ ਹੈਗੀ। ਸੋ ਸਾਰੇ ਦੁਕਾਨਦਾਰਾਂ ਨੇ ਸਾਨੂੰ ਭਰੋਸਾ ਦਿੱਤਾ, ਸਾਰੇ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਉਹ ਜਰਨਲਿਸਟ ਪ੍ਰੈਸ ਕਲੱਬ ਵੱਲੋਂ ਕੀਤੇ ਗਏ ਉਪਰਾਲੇ ਦਾ ਪੂਰਨ ਸਹਿਯੋਗ ਕਰਨਗੇ। ਮੈਂ ਸਮੂਹ ਪਿੰਡ ਵਾਸੀਆਂ ਨੂੰ, ਇਲਾਕਾ ਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਵੀ ਆਪਣੇ ਇਲਾਕੇ ਵਿੱਚੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਤੁਸੀਂ ਸਾਡਾ ਸਾਥ ਦਿਓ ਅਤੇ ਪ੍ਰੈਸ ਦਾ ਸਾਥ ਦਿਓ, ਅਸੀਂ ਰਲ ਮਿਲ ਕੇ ਆਪਣੇ ਇਲਾਕੇ ਵਿੱਚੋਂ ਨਸ਼ਿਆਂ ਨੂੰ ਭਜਾਵਾਂਗੇ। ਧੰਨਵਾਦ। ਅੰਬਰਦਾਰ, ਸਾਬਕਾ ਸਰਪੰਚ ਪਾਂਸਟਾ ਤੋਂ, ਜੋ ਇਹ ਪੱਤਰਕਾਰ ਯੂਨੀਅਨ ਨੇ ਸਾਰਾ ਇੱਕ ਉਪਰਾਲਾ ਕੀਤਾ ਹੈ ਨਸ਼ੇ ਨੂੰ ਜੜੋਂ ਵੱਢਣ ਦਾ, ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਦਵਾਈਆਂ ਵਾਲਿਆਂ ਨੂੰ, ਵਿਕਰੇਤਾ ਨੂੰ ਵੀ ਅਸੀਂ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਅਪੀਲ ਹੈ, ਇਹਨਾਂ ਦੀ ਕੋਸ਼ਿਸ਼ ਹੈ ਜਿਹੜੀ, ਇਹ ਰੰਗ ਲਾਵੇ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਧੰਨਵਾਦ। ਹਾਂਜੀ, ਜਰਨਲਿਸਟ ਪ੍ਰੈਸ ਕਲੱਬ ਦੇ ਮੈਂਬਰ ਸਾਰੇ ਅੱਜ ਸਾਡੇ ਕੋਲ ਆਏ ਆ ਜੀ, ਨਸ਼ਿਆਂ ਵਿਰੁੱਧ ਜਿਹੜੀ ਚੱਲ ਰਹੀ ਹੈ ਮੁਹਿੰਮ, ਅਸੀਂ ਕੈਮਿਸਟ ਐਸੋਸੀਏਸ਼ਨ ਵਾਲੇ ਪਾਂਸਟਾ ਤੋਂ ਪੂਰਾ ਸਾਥ ਦੇਵਾਂਗੇ ਇਹਨਾਂ ਦਾ ਜੀ। ਵੈਸੇ ਤਾਂ ਇੱਥੇ ਪਹਿਲਾਂ ਵੀ ਇੱਦਾਂ ਦਾ ਕੋਈ ਕੰਮ ਨਹੀਂ ਹੋ ਰਿਹਾ, ਪਰ ਹੁਣ ਅਸੀਂ ਪੂਰਾ ਜਿੱਦਾਂ ਵੀ ਇਹ ਕਹਿ ਰਹੇ ਆ ਇਹਨਾਂ ਦੇ ਨਾਮ ਹੈ ਸਾਥ। ਮੈਂ ਰਿਸ਼ਪਾਲ ਸਿੰਘ, ਜਗਵਾਲ ਮੈਡੀਕਲ ਸਟੋਰ ਤੋਂ ਕਹਿੰਦਾ। ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਡੇ ਕੋਲ ਵਿਅਕਤੀ ਆਵੇ, ਕੋਈ ਨਸ਼ੇ ਹੋਰ ਮੰਗ ਜਾਂ ਕੋਈ ਸਰਿੰਜ ਵਗੈਰਾ ਲੈਣਾ, ਅਸੀਂ ਕਿਸੇ ਨੂੰ ਵੀ ਦੇ ਦਿੰਦੇ, ਠੀਕ ਹੈ ਜੀ। ਨਾ ਅਸੀਂ ਇਹ ਕੰਮ ਆਪਣੇ ਪਿੰਡ ਦੇ ਇਲਾਕੇ ਦੇ ਵਿੱਚ ਕੋਈ ਹੋ ਜਾਵਾਂਗੇ, ਠੀਕ ਹੈ ਜੀ। ਨਸ਼ੇ ਦੇ ਵਿਰੁੱਧ ਅਸੀਂ ਤਾਂ ਆਪ ਵੀ ਅੱਗੇ ਵੀ ਕੈਂਪ ਲਗਾ ਚੁੱਕੇ ਹਾਂ।
ਠੀਕ ਹੈ ਜੀ, ਅੱਗੇ ਤੋਂ ਵੀ ਅਸੀਂ ਮਤਲਬ ਪੂਰੀ ਇਹਨਾਂ ਦੇ ਸਹਿਯੋਗ। ਸਤਿ ਸ਼੍ਰੀ ਅਕਾਲ ਜੀ, ਮੈਂ ਮੰਗਲ ਮੈਡੀਕਲ ਪਾਂਸ ਅਤੇ ਅੱਜ ਸਾਡੇ ਕੋਲ ਪ੍ਰੈਸ ਕਲੱਬ ਫਗਵਾੜਾ ਤੋਂ ਟੀਮ ਆਈ ਹੋਈ ਆ। ਅਸੀਂ ਇਹਨਾਂ ਨੂੰ ਆਸ਼ਵਾਸਨ ਦਵਾਉਂਦੇ ਹਾਂ ਕਿ ਸਾਡੇ ਕੋਲ ਡਾਕਟਰ ਦੀ ਪਰਚੀ ਤੋਂ ਬਿਨਾਂ ਕੋਈ ਵੀ ਦਵਾਈ ਜਾਂ ਇੰਜੈਕਸ਼ਨ ਨਹੀਂ ਦਿੱਤਾ ਜਾਏਗਾ ਅਤੇ ਅਸੀਂ ਜੋ ਵੀ ਹੋ ਗਏ ਬਣਦਾ ਸਾਡਾ ਸਹਿਯੋਗ ਇਹਨਾਂ ਨੂੰ ਦੇਵਾਂਗੇ ਤਾਂ ਕਿ ਜੋ ਸਾਡੇ ਪੰਜਾਬ 'ਚ ਨਸ਼ਿਆਂ ਦਾ ਕੋਹੜ ਚੱਲ ਰਿਹਾ ਅਸੀਂ ਉਹਨੂੰ ਜੜੋਂ ਬਚ ਸਕੀਏ। ਧੰਨਵਾਦ। ਮੈਂ ਚੰਦਰਮਨ ਭਾਰਦਵਾਜ ਮਾਸਟਰ ਤੋਂ। ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਸਾਡੇ ਕੋਲ ਆਏ ਆ। ਇਹਨਾਂ ਦਾ ਬਹੁਤ ਹੀ ਵਧੀਆ ਉਪਰਲਾ ਆ ਜੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਈਏ, ਜਿਹੜੇ ਸਾਡੇ ਵੀਰ ਨਸ਼ਿਆਂ 'ਚ ਲੱਗੇ ਆ ਉਹਨਾਂ ਨੂੰ ਅਸੀਂ ਕੱਢ ਕੇ ਚੰਗੇ ਨਾਲ ਲਾਈਏ। ਇਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਉਪਰਲਾ ਕਰ ਰਹੇ ਆ। ਅਸੀਂ ਇਹਨਾਂ ਦਾ ਦਇਆ ਦਿਲਾਂ ਤੋਂ ਧੰਨਵਾਦ ਕਰਦੇ ਹਾਂ ਔਰ ਇਹਨਾਂ ਦਾ ਪੂਰਾ ਸਹਿਯੋਗ ਦੇਵਾਂ। ਅੱਜ 2/7/2018 ਦਿਨ ਸੋਮਵਾਰ ਸਾਰੇ ਪੱਤਰਕ ਭਾਈਚਾਰਾ ਸਾਡੇ ਕੋਲ ਆਇਆ ਅਤੇ ਇਹ ਸਾਨੂੰ ਗਾਈਡ ਕਰਦੇ ਆ ਵੀ ਕਿਸੇ ਨੂੰ ਵੀ ਕੋਈ ਇਹੋ ਜਿਹੀ ਚੀਜ਼ ਨਹੀਂ ਦੇਣੀ ਜਿਸ ਨਾਲ ਨਸ਼ੇ ਨਾਲ ਜੁੜੀ ਹੋਵੇ ਜਾਂ ਸਰਿੰਜਾਂ ਹੋਣ ਜਿਹੜੀਆਂ ਨੇ। ਅਸੀਂ ਇਹਨਾਂ ਭਰੋਸਾ ਪੂਰਾ ਦਵਾਉਂਦੇ ਹਾਂ ਕਿ ਆਪਾਂ ਤੁਹਾਡੇ ਨਾਲ ਹਾਂ। ਪਹਿਲਾਂ ਹੀ ਆਪਾਂ ਕੁਛ ਨਹੀਂ ਦਿੰਦੇ ਲੇਕਿਨ ਫਿਰ ਵੀ ਇਹਨਾਂ ਨੂੰ ਇਹ ਭਰੋਸਾ ਦਵਾਉਂਦੇ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੋਏਗੀ ਜਿਹੜਾ ਕੋਈ ਇਸ ਨੂੰ ਮੌਕਾ ਮਿਲੇ ਗੱਲ ਕਰਨ ਦਾ। ਥੈਂਕ ਯੂ, ਅਸੀਂ ਇਹਨਾਂ ਦਾ ਸ਼ੁਕਰ ਕਰਦੇ ਹਾਂ, ਸ਼ੁਕਰੀਆ। ਇਹ ਬਹੁਤ ਵਧੀਆ ਮੁਹਿੰਮ ਹੈ, ਇਹਨੂੰ ਜੀ ਨਾਲ ਜੋੜ ਕੇ ਪੂਰੀ ਤਰ੍ਹਾਂ ਮਿਹਨਤ ਨਾਲ ਅੱਗੇ ਲਿਆਉਣਾ ਚਾਹੀਦਾ ਹੈ, ਸਾਰੇ ਜਾਨਵਰ ਬਚਾਉਣਾ ਚਾਹੀਦਾ ਆ ਅਤੇ ਅਸੀਂ ਇਹਨਾਂ ਨਾਲ ਹਾਂ। ਇਸ ਮੌਕੇ ਸਾਬਕਾ ਸਰਪੰਚ ਮਲਕੀਤ ਸਿੰਘ ਪਾਂਸਟਾਰ ਨੰਬਰਦਾਰ ਅਜੈਬ ਸਿੰਘ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਯੂਨੀਅਨ ਫਗੋੜਾ ਅਮਰਜੀਤ ਸਿੰਘ ਪ੍ਰਧਾਨ ਦੁਸ਼ਹਿਰਾ ਕਮੇਟੀ ਪਾਂਸਟਾਰ ਸੰਤੋਖ ਰਾਜ ਨਜ਼ੂਰ ਤੋਂ ਇਲਾਵਾ ਹੋਰ ਅਨੇਕਾਂ ਮੋਹਤਵਾਰ ਸੱਜਣ ਹਾਜ਼ਰ ਸਨ।